ਸਤ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ ਅੱਜ ਅਸੀਂ ਸਿੱਖ ਦਾ ਬਹੁਤ ਹੀ ਮਹੱਤਵਪੂਰਨ ਟਾਪਿਕ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ 2019 ਮਤਲਬ ਕਿ ਨਾਗਰਿਕਤਾ ਸੰਸੋਧਨ ਐਕਟ 2019 ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਇਹ ਜਿਹੜਾ ਨਾਗਰਿਕਤਾ ਸੰਸੋਧਨ ਐਕਟ 2019 ਹੈ ਇਸ ਦੇ ਰਾਹੀਂ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ ਸੋਧ ਕੀਤੀ ਗਈ ਹੈ ਮਤਲਬ ਕਿ 1955 ਦੇ ਐਕਟ ਦੇ ਵਿੱਚ ਕੁਝ ਚੇਂजेस ਕੀਤੀਆਂ ਗਈਆਂ ਤੇ ਆਪਣੇ ਕੋਲੇ 2019 ਦਾ ਐਕਟ ਨਿਕਲ ਕੇ ਸਾਹਮਣੇ ਆਇਆ ਹੁਣ ਤੱਕ ਇਸ ਐਕਟ ਦੇ ਵਿੱਚ 6 ਵਾਰ ਸੋਧ ਕਰ ਦਿੱਤੀ ਗਈ ਹੈ ਤੇ ਜਿਹੜੀ ਸਭ ਤੋਂ ਪਹਿਲਾਂ ਸੋਧ ਸੀ ਉਹ ਹੋਈ ਸੀ 1986 ਵਿੱਚ ਫਿਰ 1992 2003 2005 2015 ਤੇ 2019 ਤੇ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਆਰਟੀਕਲਸ ਨਾਗਰਿਕਤਾ ਨਾਲ ਸੰਬੰਧਿਤ ਨੇ ਉਹ 5 ਤੋਂ ਲੈ ਕੇ 11 ਤੱਕ ਨੇ ਜਿੰਨਾ ਵਿੱਚ ਜਿਹੜਾ ਆਰਟੀਕਲ 11 ਗਾ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਸ ਨੂੰ ਮਹੱਤਵਪੂਰਨ ਕਿਉਂ ਕਿਹਾ ਜਾਂਦਾ ਗਾ ਕਿਉਂਕਿ ਐਗਜ਼ਾਮ ਦੇ ਵਿੱਚ ਜਿਹੜੇ ਜ਼ਿਆਦਾਤਰ ਪ੍ਰਸ਼ਨਸ ਨੇ ਉਹ ਇਸ ਆਰਟੀਕਲ ਦੇ ਨਾਲ ਰਿਲੇਟਡ ਹੁੰਦੇ ਨੇ ਹੁਣ ਅਨੁਸ਼ੇਦ 11 ਦੇ ਅਨੁਸਾਰ ਸੰਸਦ ਨੂੰ ਨਾਗਰਿਕਤਾ ਵਿੱਚ ਸੋਧ ਕਰਨ ਦੀ ਸ਼ਕਤੀ ਦਿੱਤੀ ਗਈ ਹੈ ਮਤਲਬ ਕਿ ਆਪਣੀ ਪਾਰਲੀਮੈਂਟ ਕੋਲ ਇਹ ਪਾਵਰ ਹੈਗੀ ਹੈ ਕਿ ਉਹ ਨਾਗਰਿਕਤਾ ਵਿੱਚ ਕਿਸੇ ਵੀ ਪ੍ਰਕਾਰ ਦੀ ਸੋਧ ਕਰ ਸਕਦੀ ਹੈ ਹੁਣ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਭਾਰਤੀ ਸੰਸਦ ਦੇ ਦੋ ਸਦਨ ਨੇ ਪਹਿਲਾ ਸਦਨ ਹੈਗਾ ਲੋਕ ਸਭਾ ਤੇ ਦੂਸਰਾ ਰਾਜ ਸਭਾ ਹੁਣ ਜਦੋਂ ਕੋਈ ਵੀ ਜਿਹੜਾ ਬਿੱਲ ਆ ਉਹ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾਗਾ ਤਾਂ ਉਸ ਨੂੰ 2/3 ਜਿਹੜੇ ਤਿਹਾਈ ਮੈਂਬਰ ਨੇ ਉਹ ਬਹੁਮਤ ਦੇ ਨਾਲ ਪਾਸ ਕਰਦੇ ਨੇ ਤੇ ਜਿਹੜਾ ਬਿੱਲ ਆ ਉਹ ਅੱਗੇ ਰਾਜ ਸਭਾ ਦੇ ਵਿੱਚ ਚੱਲ ਜਾਂਦਾਗਾ ਇਸੇ ਤਰ੍ਹਾਂ ਹੀ ਰਾਜ ਸਭਾ ਦੇ 2/3 ਤਿਹਾਈ ਮੈਂਬਰ ਨੇ ਉਹਨੂੰ ਬਹੁਮਤ ਦੇ ਨਾਲ ਪਾਸ ਕਰਦੇ ਨੇ ਤੇ ਅਖੀਰ ਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਲਈ ਭੇਜ ਦਿੱਤਾ ਜਾਂਦਾ ਜਦੋਂ ਰਾਸ਼ਟਰਪਤੀ ਉਸ ਨੂੰ ਆਪਣੀ ਫਾਈਨਲ ਕੰਸੈਂਟ ਦੇ ਦਿੰਦਾ ਤਾਂ ਜਿਹੜਾ ਕੋਈ ਵੀ ਬਿਲ ਆਗਾ ਉਹ ਕੀ ਬਣ ਜਾਂਦਾਗਾ ਐਕਟ ਦਾ ਰੂਪ ਧਾਰਨ ਕਰ ਲੈਂਦਾਗਾ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿਲ ਸੀ ਉਹ ਕੀ ਬਣ ਗਿਆ ਐਕਟ ਬਣ ਗਿਆ ਤੇ ਹੁਣ ਆਪਾਂ ਇਹਦੀ ਪ੍ਰਕਿਰਿਆ ਜਾਣਾਂਗੇ ਕਿ ਕਿਸ ਤਰ੍ਹਾਂ ਇਹ ਜਿਹੜਾ ਬਿੱਲ ਸੀਗਾ ਇੱਕ ਐਕਟ ਦਾ ਰੂਪ ਧਾਰਨ ਕਰਕੇ ਆਇਆ ਇਹ ਬਿੱਲ ਅਮਿਤ ਸ਼ਾਹ ਜੀ ਦੁਆਰਾ 9 ਦਸੰਬਰ 2019 ਨੂੰ ਪੇਸ਼ ਕੀਤਾ ਗਿਆ ਸੀ ਅਮਿਤ ਸ਼ਾਹ ਜੀ ਵਰਤਮਾਨ ਸਮੇਂ ਦੇ ਗ੍ਰਹਿ ਮੰਤਰੀ ਨੇ ਤੇ ਇਹ ਭਾਜਪਾ ਪਾਰਟੀ ਨਾਲ ਸੰਬੰਧਿਤ ਨੇ ਤੇ ਲੋਕ ਸਭਾ ਨੇ ਇਸ ਨੂੰ 10 ਦਸੰਬਰ 2019 ਨੂੰ ਪਾਸ ਕੀਤਾ ਜਦੋਂ ਇਸ ਦੇ ਸਬੰਧ ਦੇ ਵਿੱਚ VOTING ਕਰਵਾਈ ਗਈ ਤਾਂ ਕੁੱਲ ਵੋਟਾਂ 391 ਪਈਆਂ ਪੱਖ ਦੇ ਵਿੱਚ 311 ਤੇ ਵਿਰੋਧ ਦੇ ਵਿੱਚ 80 ਵੋਟਾਂ ਪਈਆਂ ਜਦੋਂ ਰਾਜ ਸਭਾ ਨੇ ਇਸ ਨੂੰ ਪਾਸ ਕੀਤਾ ਤਾਂ ਉਹ 11 ਦਸੰਬਰ 2019 ਨੂੰ ਪਾਸ ਕੀਤਾ ਜਿਸ ਦੇ ਸਬੰਧ ਦੇ ਵਿੱਚ ਕੁੱਲ ਵੋਟਾਂ 230 ਪੱਖ ਦੇ ਵਿੱਚ 125 ਤੇ ਵਿਰੋਧ ਦੇ ਵਿੱਚ 105 ਵੋਟਾਂ ਪਈਆਂ ਤੇ ਅਖੀਰ ਦੇ ਵਿੱਚ ਜਦੋਂ ਰਾਸ਼ਟਰਪਤੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਤਾਂ ਉਹ ਦੀ ਹੈਗੀ ਆ 12 ਦਸੰਬਰ 2019 ਨੂੰ ਇਹ ਜਿਹੜਾ ਐਕਟ ਸੀਗਾ ਨਾਗਰਿਕਤਾ ਸੰਸ਼ੋਧਨ ਐਕਟ ਇਹ ਐਕਟ ਪਹਿਲਾਂ ਤੋਂ ਪਹਿਲਾਂ ਕੀ ਸੀ ਸਿਟੀਜ਼ਨਸ਼ਿਪ ਅਮੈਂਡਮੈਂਟ ਬਿਲ ਸੀ ਜੇ ਜਦੋਂ ਰਾਸ਼ਟਰਪਤੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਤਾਂ ਇਹ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ 2019 ਬਣ ਗਿਆ ਤੇ ਇਹ ਲਾਗੂ ਕਦੋਂ ਕੀਤਾ ਗਿਆ 10 ਜਨਵਰੀ 2020 ਨੂੰ ਲਾਗੂ ਕੀਤਾ ਗਿਆ ਅਤੇ ਗੁਜਰਾਤਾਂ ਦੇ ਵਿੱਚ ਇਹ ਐਕਟ ਲਾਗੂ ਨਹੀਂ ਕੀਤਾ ਗਿਆ ਜਿੰਨਾ ਵਿੱਚੋਂ ਮਿਜ਼ੋਰਮ ਮੇਗਾਲਿਆ ਅਸਾਮ ਤ੍ਰਿਪੁਰਾ ਸ਼ਾਮਿਲ ਨੇ ਅੱਗੇ ਇਸ ਐਕਟ ਦੇ ਕੁਝ ਮਹੱਤਵਪੂਰਨ ਪੁਆਇੰਟਸ ਨੇ ਕੁਝ ਮਹੱਤਵਪੂਰਨ ਬਿੰਦੂ ਨੇ ਜਿੰਨਾ ਤੇ ਆਪਾਂ ਨਿਗਾ ਮਾਰ ਲੈਣੇ ਆ ਹੁਣ ਇਸ ਐਕਟ ਦੇ ਅਨੁਸਾਰ ਜਿਹੜੇ ਭਾਰਤ ਦੇ ਤਿੰਨ ਗੁਆਂਢੀ ਦੇਸ਼ ਸੀ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਜਿਹੜੀ ਇੱਥੋਂ ਤੋਂ ਆਏ ਅਲਪਸੰਖਿਆਕ ਨੇ ਮਤਲਬ ਜਿਹੜੇ ਘੱਟ ਗਿਣਤੀ ਵਾਲੇ ਲੋਕ ਨੇ ਉਹਨਾਂ ਨੂੰ ਇਹ ਨਾਗਰਿਕਤਾ ਦਿੰਦਾ ਹੈਗਾ ਇਹ ਐਕਟ ਅਲਪਸੰਖਿਤ ਕਿਹੜੇ-ਕਿਹੜੇ ਆਉਂਦੇ ਨੇ ਇਹਨਾਂ ਵਿੱਚ ਉਹ ਆਉਂਦੇ ਨੇ ਹਿੰਦੂ ਸਿੱਖ ਈਸਾਈ ਬੁੱਧ ਧਰਮ ਜੈਨ ਧਰਮ ਪਾਰਸੀ ਮਤਲਬ ਕਿ ਇਸ ਦੇ ਵਿੱਚ ਜਿਹੜੀ ਮੁਸਲਿਮ ਕਮਿਊਨਿਟੀ ਆ ਉਹਨੂੰ ਸ਼ਾਮਿਲ ਨਹੀਂ ਕੀਤਾ ਗਿਆ। ਇਹ ਹੀ ਇੱਕ ਵੱਡਾ ਕਾਰਨ ਸੀ ਕਿ ਮੁਸਲਿਮਾਂ ਨੇ ਇਸ ਐਕਟ ਦਾ ਵਿਰੋਧ ਕੀਤਾ। ਹੁਣ ਦੂਸਰਾ ਇਹਦਾ ਮਹੱਤਵਪੂਰਨ ਪੁਆਇੰਟ ਇਹ ਹੈ ਕਿ ਇਹ ਐਕਟ ਸਿਰਫ ਉਹਨਾਂ ਨਾਗਰਿਕਾਂ ਤੇ ਲਾਗੂ ਹੁੰਦਾ ਜਿਹੜੇ ਕਿ ਭਾਰਤ ਦੇ ਵਿੱਚ 31 ਦਸੰਬਰ 2014 ਤੋਂ ਪਹਿਲਾਂ ਦੇ ਰਹਿੰਦੇ ਨੇ। ਹੁਣ ਆਪਾਂ ਇਸ ਐਕਟ ਦੇ ਕੁਝ ਆਲੋਚਨਾਤਮਕ ਪੱਖ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਇਹ ਐਕਟ ਆ ਉਹ ਮੁਸਲਮਾਨਾਂ ਨੂੰ ਨਾਗਰਿਕਤਾ ਪ੍ਰਦਾਨ ਨਹੀਂ ਕਰਦਾ ਉਹਨਾਂ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਪ੍ਰਦਾਨ ਨਹੀਂ ਕਰਦਾ ਜੋ ਕਿ ਅਫਗਾਨਿਸਤਾਨ ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਆ ਕੇ 31 ਦਸੰਬਰ 2014 ਤੋਂ ਪਹਿਲਾਂ ਦੇ ਭਾਰਤ ਦੇ ਵਿੱਚ ਰਹਿੰਦੇ ਨੇ ਤਾਂ ਇਹ ਕੀ ਆ ਇੱਕ ਤਰ੍ਹਾਂ ਨਾਲ ਮੁਸਲਮਾਨਾਂ ਨਾਲ ਪੱਖਪਾਤ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਇਸ ਐਕਟ ਦੇ ਅਨੁਸਾਰ ਅਨੁਸ਼ੇਚ 14 ਦੀ ਉਲੰਘਣਾ ਕੀਤੀ ਗਈ ਹੈ ਹੁਣ ਜਿਵੇਂ ਕਿ ਆਪਣਾ ਜਿਹੜਾ ਅਨੁਛੇਦ 14 ਗਾ ਉਹ ਕੀ ਦੀ ਗੱਲ ਕਰਦਾਗਾ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦਾ। ਮਤਲਬ ਕਿ ਕਿਸੇ ਵਿਅਕਤੀ ਦੇ ਨਾਲ ਜਨਮ, ਜਾਤ, ਧਰਮ, ਲਿੰਗ ਦੇ ਆਧਾਰ ਤੇ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਹੁਣ ਪਰ ਇਸ ਐਕਟ ਦੇ ਵਿੱਚ ਮੁਸਲਮ ਕਮਿਊਨਿਟੀ ਨੂੰ ਨਾ ਸ਼ਾਮਿਲ ਕਰਕੇ ਆਪਾਂ ਕੀ ਕਰ ਰਹੇ ਆਂਗੇ ਇਸ ਆਰਟੀਕਲ ਦੀ ਵਾਇਲੇਸ਼ਨ ਕਰ ਰਹੇ ਆਂ। ਸਮਾਨਤਾ ਦੇ ਅਧਿਕਾਰ ਦੀ ਕੀ ਹੈਗੀ ਉਲੰਘਣਾਗੀ। ਜਦੋਂ ਨਾ ਇਸ ਸਬੰਧੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਪੇਸ਼ ਕੀਤੀ ਗਈ ਤਾਂ ਸਰਕਾਰ ਨੇ ਆਪਣਾ ਤਰਕ ਪੇਸ਼ ਕੀਤਾ ਸਰਕਾਰ ਨੇ ਕੀ ਕਿਹਾ ਵੀ ਜਿਹੜਾ ਹੀ ਐਕਟ ਹੈਗਾ ਅਫਗਾਨਿਸਤਾਨ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਅਲਪਸੰਖਿਅਤ ਨਾਗਰਿਕਾਂ ਤੇ ਹੀ ਲਾਗੂ ਕੀਤਾ ਜਾਊਗਾ ਕਿਉਂ ਕਿਉਂਕਿ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਦੇ ਵਿੱਚ ਤਾਂ ਪਹਿਲਾਂ ਹੀ ਬਹੁ ਗਿਣਤੀ ਦੇ ਵਿੱਚ ਮੁਸਲਮਾਨ ਮੌਜੂਦ ਨੇ ਕਿਉਂਕਿ ਆਲਰੇਡੀ ਹੀ ਉੱਥੇ ਬਹੁ ਗਿਣਤੀ ਦੇ ਵਿੱਚ ਮੇਜੋਰਿਟੀ ਕਿੰਨਾਂ ਦੀ ਹੈ ਉੱਥੇ ਮੁਸਲਮਾਨ ਲੋਕਾਂ ਦੀ ਮੇਜੋਰਿਟੀ ਹੈ ਤਾਂ ਜੀ ਇਹ ਸੀਗਾ ਸਾਰਾ ਆਪਣਾ ਨਾਗਰਿਕਤਾ ਸੰਸ਼ੋਧਨ ਐਕਟ 2019 ਹੁਣ ਇਹਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਆਪਣੇ ਕੋਲੇ ਐਮਸੀਕਿਊ ਹੈਗੇ ਨੇ ਜਿੰਨਾਂ ਤੇ ਆਪਾਂ ਨਿਗਾ ਮਾਰ ਲੈਣੇ ਆ ਸਭ ਤੋਂ ਪਹਿਲਾਂ ਜਿਹੜਾ ਐਮਸੀਕਿਊ ਹੈ ਉਹ ਹੈ ਰਾਜਨੀਤੀ ਵਿੱਚ ਨਾਗਰਿਕ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਤਾਂ ਆਪਣੇ ਕੋਲੇ ਚਾਰ ਆਪਸ਼ਨਸ ਨੇ ਇਹਦੇ ਵਿੱਚ ਏ ਅਰਸਤੋ ਬੀ ਜਵਾਹਰ ਲਾਲ ਨਹਿਰੂ ਸੀ ਰਜਿੰਦਰ ਪ੍ਰਸਾਦ ਡੀ ਬਾਲ ਗੰਗਾਧਰ ਥਿਲਕ ਤਾਂ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈਗਾਗਾ ਏ ਅਰਸਤੋ ਅਰਸਤੋ ਹੀ ਸੀ ਜਿਸ ਨੇ ਸਭ ਤੋਂ ਪਹਿਲਾਂ ਨਾਗਰਿਕ ਸ਼ਬਦ ਦੀ ਵਰਤੋਂ ਕੀਤੀ ਤੇ ਅਰਸਤੋ ਨੂੰ ਹੀ ਰਾਜਨੀਤੀ ਦਾ ਪਿਤਾ ਵੀ ਕਿਹਾ ਜਾਂਦਾ ਸੈਕਿੰਡ ਪ੍ਰਸ਼ਨ ਸਾਡੇ ਸੰਵਿਧਾਨ ਵਿੱਚ ਇਕੈਰੀ ਨਾਗਰਿਕਤਾ ਦੀ ਧਾਰਨਾ ਕਿਸ ਦੇਸ਼ ਤੋਂ ਲਈ ਗਈ ਹੈ ਇਕੈਰੀ ਨਾਗਰਿਕਤਾ ਮਤਲਬ ਕਿ ਆਪਣੇ ਕੋਲੇ ਸਿਰਫ ਭਾਰਤ ਦੀ ਨਾਗਰਿਕਤਾ ਦੀ ਨਾ ਕਿ ਸਟੇਟਸ ਦੀ ਨਾਗਰਿਕਤਾ ਦੀ ਮਤਲਬ ਹੁਣ ਜਿਵੇਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਆਪਾਂ ਨੂੰ ਪੰਜਾਬ ਦੀ ਨਾਗਰਿਕਤਾ ਨਹੀਂ ਹਾਸਲ ਬਲਕਿ ਆਪਾਂ ਨੂੰ ਭਾਰਤ ਦੀ ਨਾਗਰਿਕਤਾ ਇੱਕ ਹੈਰੀ ਇਕੱਲੀ ਹੀ ਨਾਗਰਿਕਤਾ ਗਈ ਆਪਾਂ ਨੂੰ ਤਾਂ ਆਪਣੇ ਕੋਲੇ ਇਹਦੇ ਵਿੱਚ ਚਾਰ ਆਪਸ਼ਨਸ ਨੇ ਏ ਕੈਨੇਡਾ ਬੀ ਅਮਰੀਕਾ ਸੀ ਰੂਸ ਡੀ ਇੰਗਲੈਂਡ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਡੀ ਇੰਗਲੈਂਡ ਇੰਗਲੈਂਡ ਹੀ ਹੈਗਾ ਜਿਹਦੇ ਸੰਵਿਧਾਨ ਤੋਂ ਆਪਾਂ ਨੇ ਇੱਕ ਹੈਰੀ ਨਾਗਰਿਕਤਾ ਦੀ ਪ੍ਰਣਾਲੀ ਲਈ ਹੈ ਤੀਜਾ ਪ੍ਰਸ਼ਨ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਨਾਗਰਿਕਤਾ ਦੀ ਵਿਵਸਥਾ ਕੀਤੀ ਗਈ ਹੈ ਤਾਂ ਇਹਦੇ ਵਿੱਚ ਵੀ ਆਪਣੇ ਕੋਲੇ ਚਾਰ ਆਪਸ਼ਨਸ ਨੇ ਏ ਅਨੁਸ਼ੇਦ 21 ਤੋਂ 25 ਬੀ ਅਨੁਸ਼ੇਦ 14 ਤੋਂ 18 ਸੀ ਅਨੁਸ਼ੇਦ 36 ਤੋਂ 51 ਡੀ ਅਨੁਸ਼ੇਦ 5 ਤੋਂ 11 ਤਾਂ ਇਹਦਾ ਵੀ ਸਹੀ ਜਵਾਬ ਹੈਗਾ ਗਾ ਡੀ ਅਨੁਸ਼ੇਦ 5 ਤੋਂ 11 ਆਪਾਂ ਪਹਿਲਾਂ ਗਲਤ ਕੀਤੀ ਹੈ ਕਿ ਆਰਟੀਕਲ 5 ਤੋਂ ਲੈ ਕੇ 11 ਤੱਕ ਨਾਗਰਿਕਤਾ ਦੀ ਗੱਲ ਕਰਦਾਗਾ ਜਿਦੇ ਵਿੱਚ ਜਿਹੜਾ 11 ਆਰਟੀਕਲ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਚੌਥਾ ਪ੍ਰਸ਼ਨ ਆਪਣੇ ਕੋਲ ਸੀ اے ਬੀ ਕੈਪ ਦਾ ਪੂਰਾ ਨਾਮ ਕੀ ਹੈ ਤਾਂ ਏ অপਸ਼ਨ ਹੈਗੀ ਆਪਣੇ ਕੋਲੇ ਨਾਗਰਿਕਤਾ ਸੰਸ਼ੋਧਨ ਬਿਲ ਬੀ ਨਾਗਰਿਕਤਾ ਸੰਸ਼ੋਧਨ ਐਕਟ ਸੀ ਨਾਗਰਿਕਤਾ ਆਰਟੀਕਲ ਐਕਟ ਤਾਂ ਡੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਆਪਣਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਏ ਨਾਗਰਿਕਤਾ ਸੰਸ਼ੋਧਨ ਬਿਲ ਮਤਲਬ ਕਿ ਸਿਟੀਜ਼ਨਸ਼ਿਪ ਐਮੈਂਡਮੈਂਟ ਬਿਲ ਪੰਜਵਾਂ ਪ੍ਰਸ਼ਨ ਆਪਣੇ ਕੋਲੇ ਹੈ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਕੈਬ ਦਾ ਨਾਮ ਬਦਲ ਕੇ ਕੀ ਕਰ ਦਿੱਤਾ ਗਿਆ ਤਾਂ ਇਹਦੇ ਵਿੱਚ ਆਪਣੇ ਕੋਲੇ ਚਾਰ ਆਪਸ਼ਨਸ ਹੈਗੀਆਂ ਨੇ A C C A B C A A C C C T D ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ B C A A ਮਤਲਬ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਵੀ ਜਦੋਂ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿਲ ਸੀਗਾ ਉਹ ਕੀ ਬਣ ਗਿਆ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਮਤਲਬ ਕੋਈ ਵੀ ਜਿਹੜਾ ਬਿਲ ਹੋਊਗਾ ਉਹ ਐਕਟ ਬਣ ਜਾਵੇਗਾ ਛੇਮ ਆਪਸ਼ਨ ਆਪਣੇ ਕੋਲ ਲੋਕ ਸਭਾ ਵਿੱਚ ਨਾਗਰਿਕ ਸੰਸ਼ੋਧਨ ਬਿਲ ਨੂੰ ਕਦੋਂ ਪਾਸ ਕੀਤਾ ਗਿਆ ਹੁਣ ਇਹਦੇ ਵਿੱਚ ਲੋਕ ਸਭਾ ਦੀ ਗੱਲ ਕੀਤੀ ਗਈ ਆ ਤਾਂ ਆਪਾਂ ਆਪਸ਼ਨਸ ਦੇਖ ਲੈਣੇ ਆ ਏ 9 ਦਸੰਬਰ 2019 ਬੀ 10 ਦਸੰਬਰ 2019 ਸੀ 11 ਦਸੰਬਰ 2019 ਡੀ 12 ਦਸੰਬਰ 2019 ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ 10 ਦਸੰਬਰ 2019 ਮਤਲਬ 10 ਦਸੰਬਰ 2019 ਨੂੰ ਜਿਹੜਾ ਨਾਗਰਿਕ ਸੰਸ਼ੋਧਨ ਬਿੱਲ ਸੀ ਉਹ ਪਾਸ ਕੀਤਾ ਗਿਆ ਸੀ ਲੋਕ ਸਭਾ ਵਿੱਚ ਸੱਤਵਾਂ ਪ੍ਰਸ਼ਨ ਰਾਜ ਸਭਾ ਵਿੱਚ ਨਾਗਰਿਕ ਸੰਸ਼ੋਧਨ ਬਿੱਲ ਨੂੰ ਕਦੋਂ ਪਾਸ ਕੀਤਾ ਗਿਆ ਨਾ ਇਹਦੇ ਵਿੱਚ ਵੀ ਚਾਰ ਆਪਸ਼ਨਸ ਦੇਖ ਲੈਣੇ ਆਪਾਂ ਏ 9 ਦਸੰਬਰ 2019 ਬੀ 10 ਦਸੰਬਰ 2019 ਸੀ 11 ਦਸੰਬਰ 2019 ਡੀ 12 ਦਸੰਬਰ 2019 ਤਾਂ ਜਿਹੜਾ ਇਹਦਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਸੀ 11 ਦਸੰਬਰ 2019 ਨੂੰ ਰਾਜ ਸਭਾ ਦੇ ਵਿੱਚੇ ਪਾਸ ਕੀਤਾ ਗਿਆ ਅੱਠਵਾਂ ਪ੍ਰਸ਼ਨ ਨਾਗਰਿਕਤਾ ਸੰਸੋਧਨ ਐਕਟ 2019 ਦੁਆਰਾ ਕਿੰਨੇ ਦੇਸ਼ਾਂ ਦੇ ਅਲਪਸੰਖਿਆਕਾਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਹੀ ਗਈ ਤਾਂ ਆਪਣੇ ਕੋਲ ਚਾਰ ਆਪਸ਼ਨਸ ਨੇ ਏ 1 ਬੀ 2 ਸੀ 3 ਡੀ 4 ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਸੀ 3 ਕਿਹੜੇ ਕਿਹੜੇ ਦੇਸ਼ ਨੇ ਉਹ ਹੈ ਕਿ ਨੇ ਪਾਕਿਸਤਾਨ ਬੰਗਲਾਦੇਸ਼ ਤੇ ਅਫਗਾਨਿਸਤਾਨ ਨੌਵਾਂ ਪ੍ਰਸ਼ਨ ਆਪਣੇ ਕੋਲ ਨਾਗਰਿਕਤਾ ਐਕਟ 1955 ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਕੀਤੀ ਗਈ ਹੈ ਹੁਣ ਤੱਕ ਦੀ ਗੱਲ ਕਰ ਰਹੇ ਆਪਾਂ ਵੀ ਹੁਣ ਤੱਕ ਕਿੰਨੀ ਵਾਰੀ ਇਹਦੇ ਵਿੱਚ ਅਮੈਂਡਮੈਂਟਸ ਹੋ ਚੁੱਕੀਆਂ ਨੇ ਸਭ ਤੋਂ ਪਹਿਲਾਂ ਆਪਸ਼ਨਸ ਹੈਗਾ A 5 B 6 C 7 D 8 ਤਾਂ ਇਹਦੇ ਵਿੱਚ ਹੁਣ ਤੱਕ ਜਿਹੜੀਆਂ ਸੋਧਾਂ ਲੱਗੀਆਂ ਉਹ B 6 ਮਤਲਬ 6 ਸੋਧਾਂ ਹੋ ਚੁੱਕੀਆਂ ਨੇ ਹੁਣ ਤੱਕ 10ਵਾਂ ਪ੍ਰਸ਼ਨ ਆਪਣੇ ਕੋਲ ਸੰਸਦ ਦੇ ਅੰਗ ਹੁੰਦੇ ਹਨ ਮਤਲਬ ਕਿ ਸੰਸਦ ਦੇ ਕਿਹੜੇ-ਕਿਹੜੇ ਅੰਗ ਹੁੰਦੇ ਨੇ ਤਾਂ ਹੇਠ ਲਿਖਿਆਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਿਹੜੇ ਅੰਗ ਇਹਨਾਂ ਦੇ ਏ ਰਾਜ ਸਭਾ ਬੀ ਲੋਕ ਸਭਾ ਸੀ ਰਾਸ਼ਟਰਪਤੀ ਡੀ ਉਪਰੋਕਤ ਸਾਰੇ ਤਾਂ ਇਹਦੇ ਵਿੱਚੋਂ ਜਿਹੜਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਡੀ ਉਪਰੋਕਤ ਸਾਰੇ ਮਤਲਬ ਇਹ ਸੰਸਦ ਦੇ ਅੰਗ ਹੁੰਦੇ ਨੇ ਰਾਜ ਸਭਾ ਲੋਕ ਸਭਾ ਤੇ ਰਾਸ਼ਟਰਪਤੀ ਇਹ ਤਿੰਨੇ ਹੀ ਸੰਸਦ ਦੇ ਅੰਗ ਨੇ ਹੁਣ ਇਹਦੇ ਵਿੱਚ ਨਾ ਕਈ ਕੰਫਿਊਜ਼ ਹੋ ਜਾਂਦੇ ਨੇ ਉਹ ਆਪਾਂ ਪਹਿਲਾਂ ਗੱਲ ਕੀਤੀ ਸੀ ਸੰਸਦ ਦੇ ਸਦਨ ਲੋਕ ਸਭਾ ਤੇ ਰਾਜ ਸਭਾ ਸੰਸਦ ਦੇ ਸਦਨ ਨੇ ਤੇ ਇਹ ਸੰਸਦ ਦੇ ਅੰਗ ਨੇ 11ਵਾਂ ਪ੍ਰਸ਼ਨ ਆਪਣੇ ਕੋਲ ਲੋਕ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ অপਸ਼ਨ A 5 ਸਾਲ অপਸ਼ਨ B 6 ਸਾਲ অপਸ਼ਨ C 4 ਸਾਲ ਤੇ অপਸ਼ਨ D 3 ਸਾਲ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਉਹ ਹੈਗਾ A 5 ਸਾਲ ਤੇ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾਗਾ 6 ਸਾਲ ਇਸ ਤੋਂ ਬਾਅਦ ਆਪਣੇ ਕੋਲੇ 12ਵਾਂ ਪ੍ਰਸ਼ਨ ਹੈਗਾਗਾ ਵਰਤਮਾਨ ਸਮੇਂ ਵਿੱਚ ਲੋਕ ਸਭਾ ਦੇ ਸਭਾਪਤੀ ਦਾ ਨਾਂ ਕੀ ਹੈ ਚਾਰ ਆਪਸ਼ਨਸ ਨੇ ਜੀ ਆਪਣੇ ਕੋਲ ਏ ਪ੍ਰਤਿਬਾ ਪਾਟੇਲ ਬੀ ਓਮ ਵਿਰਲਾ ਸੀ ਗੁਲਾਮ ਨਵੀ ਆਜ਼ਾਦ ਡੀ ਗਣੇਸ਼ ਵਸudev ਤਾਂ ਇਹਦੇ ਵਿੱਚ ਜਿਹੜਾ ਆਪਣਾ ਸਹੀ ਜਵਾਬ ਹੈਗਾਗਾ ਉਹ ਹੈਗਾਗਾ ਬੀ ਓਮ ਵਿਰਲਾ ਇਹ ਜਿਹੜੇ ਓਮ ਵਿਰਲਾ ਜੀ ਨੇ ਇਹ ਵਰਤਮਾਨ ਸਵੇ ਵਿੱਚ ਬੀਜੇਪੀ ਦੇ ਮੈਂਬਰ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਇਹ ਕੀ ਨੇਗੇ ਸਭਾਪਤੀ ਨੇ ਸਭਾਪਤੀ ਕੀ ਹੁੰਦਾਗਾ ਸਭਾਪਤੀ ਹੁੰਦਾਗਾ ਜਿਹੜੀਆਂ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਤਾ ਇਹ ਸੀਗੇ ਜੀ ਸਾਰੇ ਆਪਣੇ एमसीक्यू ਜਿਹੜੇ ਇਸ ਟਾਪਿਕ ਦੇ ਨਾਲ ریلیਟਡ ਨੇ ਤਾਂ ਇਸ ਤੋਂ ਪਹਿਲਾਂ ਨਾਗਰਿਕਤਾ ਐਕਟ 1955 ਦੀ ਵੀਡੀਓ ਆ ਉਹ ਸਾਡੇ ਚੈਨਲ ਦੀ ਪਲੇਲਿਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪਲੀਜ਼ ਨਾਲ ਦੇ ਨਾਲ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ